दोस्तों आज एक फिर मुबारक वाला दिन है। मिस सुनीता मैम जो वीज़ा यूके का लग चुका है। बट गल दोस्तों ये कि इन्हों की एज है ऑलमोस्ट 60+ है। ऐसा लगता होंगे कि एज परसन है तो वीज़ा आ जाएगा बहुत ईजीली। लगता होंगे कि बहुत ईजीली वीज़ा आ जाएगा बट जिन्हें रिफ्यूजल आईया होंगे उन्होंने पूछ के देखो। इन्हों ऑलरेडी 2 रिफ्यूजल आ चुकिया सग एंड शी वॉज टोटली डिसअपॉइंटड कि पता नहीं हूँ वीज़ा लगेगा कि नहीं लगेगा। सो बाकी गल आप करते हैं सुनीता मैम जी के नाल। सत श्री अकाल मैम सत श्री अकाल एंड जी। बहुत बहुत मुबारक फर्स्ट ऑफ ऑल थैंक यू सो मच तहानू सर। तुहाडे यूके वीजा लई। थैंक यू। किदा रहा सफर पूरा एक्सप्लेन करो प्लीज। बहुत अच्छा रहा। मैं जदों फर्स्ट टाइम तुहाडे कोल आके मिली हां मैनूं इन्ना सैटिस्फैक्शन मिली है क्योंकि तुसीं पर्सनली मैनूं सारा कुछ समझाया। मेरे पर्सनली हर पॉइंट नूं मेरे पुराने वीजे नूं देखिया कि क्यों रिफ्यूजल लगिया सी। हर पॉइंट तुसीं नोट कीता। उस तों बाद तुसीं मैनूं गाइड कीता कि मैनूं इह मेरियां कमियां और असीं हुण इस हिसाब नाल अगले अपने तैयारी करांगे। ਤੁਸੀਂ ਮੇਰੇ ਨਾਲ ਹਮੇਸ਼ਾ ਕੋਆਪਰੇਟ ਕੀਤਾ। ਮੈਂ ਕਦੀ ਵੀ ਤੁਹਾਨੂੰ ਕੋਈ ਕੁਐਸਚਨ ਪੁੱਟ ਕੀਤਾ, ਕੋਈ ਵੀ ਮੇਰੇ ਡਾਊਟ ਕਲੀਅਰ ਕਰਨ ਲਈ ਤੁਸੀਂ ਹਮੇਸ਼ਾ ਮੇਰਾ ਫੋਨ ਲਿੱਤਾ ਔਰ ਮੈਨੂੰ ਹਮੇਸ਼ਾ ਗਾਈਡ ਕੀਤਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ। ਤੇ ਮੈਂ ਉਹਦੇ ਨਾਲ ਬਹੁਤ ਸੈਟੀਸਫਾਈਡ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਇਹ ਵੀਜ਼ਾ ਲੱਗ ਗਿਆ। ਕਿਆ ਬਾਤ ਹੈ। ਥੋੜਾ ਜਿਹਾ ਮੈਨੂੰ ਹਿਸਟਰੀ ਬਾਰੇ ਦੱਸੋ ਕਿ ਤੁਸੀਂ 2013 ਚ ਗਏ ਸੀਗੇ ਯੂਕੇ, ਹਾਂਜੀ ਹੈਨਾ? ਮੈਂ ਬਿਲਕੁਲ 13 ਚ ਗਈ ਸੀ। ਠੀਕ ਹੈ। ਮੇਰਾ ਉਦੋਂ ਮੇਰਾ 2 weeks ਦਾ ਵੀਜ਼ਾ ਲਿਖਿਆ ਸੀ ਅਸੀਂ ਕਿ 2 weeks ਲਈ ਜਾਵਾਂਗੇ, ਪਰ ਉੱਥੇ ਜਾ ਕੇ ਬੇਟੀ ਦੀ ਥੋੜੀ ਜਿਹੀ ਪ੍ਰੋਬਲਮ ਹੋ ਗਈ, ਹੈਲਥ ਇਸ਼ੂ ਸੀ, ਇਸ ਕਰਕੇ ਮੈਂ 2 month ਰਹਿ ਕੇ ਆਈ। ਠੀਕ ਹੈ। ਉਹ ਇਹੀ ਪੁਆਇੰਟ ਉਹਨਾਂ ਨੇ ਪਕੜ ਕੇ ਮੈਨੂੰ, ਮੈਂ ਨੈਕਸਟ ਈਅਰ ਫਿਰ ਅਪਲਾਈ ਕੀਤਾ। 2014 ਵਿੱਚ ਜਾਣਾ ਚਾਹੁੰਦੀ ਸੀ ਪਰ ਉਹ ਮੈਨੂੰ ਉਹਨਾਂ ਨੇ ਰਿਫਿਊਜ਼ ਕਰ ਦਿੱਤਾ। ਮੈਂ ਉਸ ਤੋਂ ਬਾਅਦ ਉਸੇ ਸਾਲ ਹੀ ਫਿਰ 3 ਮਹੀਨੇ ਬਾਅਦ ਫਿਰ ਦੁਬਾਰਾ ਅਪਲਾਈ ਕੀਤਾ। ਉਹਨਾਂ ਨੂੰ ਹੈਲਥ ਇਸ਼ੂ ਦੱਸੇ ਸਾਰੇ, ਉਹਨਾਂ ਨੂੰ ਲੈਟਰ ਦਿੱਤੀਆਂ ਪਰ ਉਹਨਾਂ ਨੇ ਫਿਰ ਰਿਫਿਊਜ਼ ਕਰ ਦਿੱਤਾ। ਫਿਰ ਮੈਂ ਡਿਸਅਪੁਆਇੰਟ ਹੋ ਗਈ ਬਹੁਤ। ਫਿਰ ਮੈਂ ਵਿਚਾਰ ਛੋੜਤਾ, ਚੁੱਪ ਕਰਕੇ ਬੈਠ ਗਈ। ਹੁਣ ਆਫਟਰ ਕੋਵਿਡ, ਮੈਂ ਕੋਵਿਡ ਦੇ ਦਰਮਿਆਨ ਹੀ ਵੀਡੀਓਜ਼ ਦੇਖਦੀ ਰਹਿੰਦੀ ਸੀ ਤਾਂ ਮੈਨੂੰ ਵੀਜ਼ਾ ਹੱਬ ਦੀ ਵੀਡੀਓ ਮੈਂ ਯੂਟਿਊਬ ਤੇ ਦੇਖੀਆਂ। ਮੈਨੂੰ ਸਮਝ ਆਈ ਕਿ ਬਹੁਤ ਜ਼ਿਆਦਾ ਰਿਫਿਊਜ਼ਲ ਵਾਲਿਆਂ ਦੇ ਵੀ ਇਹਨਾਂ ਨੇ ਲਗਵਾਏ ਆ, ਤਾਂ ਫਿਰ ਮੈਂ ਬੜੀ ਤਸੱਲੀ ਮਿਲੀ ਮੈਨੂੰ। ਤੇ ਫਿਰ ਮੈਂ ਇੱਥੇ ਆਫਿਸ ਵਿੱਚ ਤੁਹਾਡੇ ਕੋਲ ਆਈ ਔਰ ਤੁਹਾਡੇ ਨਾਲ ਜਦੋਂ ਮੀਟਿੰਗ ਵਿੱਚ ਤੁਸੀਂ ਮੈਨੂੰ ਪੂਰੀ ਸੈਟੀਸਫੈਕਸ਼ਨ ਦਿੱਤੀ, ਮੈਂ ਬਹੁਤ ਖੁਸ਼ ਹੋਈ। ਸਹੀ, ਮੈਨੂੰ ਕੁਛ ਹੋਪ ਜਾਗੀ ਕਿ ਹੁਣ ਮੇਰਾ ਕੰਮ ਹੋ ਜਾਏਗਾ। ਤੇ ਮੇਰਾ ਵੀਜ਼ਾ ਫਾਈਨਲੀ ਲੱਗ ਕੇ ਆ ਗਿਆ। ਕਿੰਨੇ ਖੁਸ਼ ਹੋ? ਬਹੁਤ ਖੁਸ਼ ਹੈ। ਥੈਂਕ ਯੂ ਸੋ ਮਚ। ਮੈਂ ਰਣਜੀਤ ਸਰ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਉਸ ਪਰਮਾਤਮਾ ਦਾ। ਪਰਮਾਤਮਾ ਸਭ ਤੋਂ ਪਹਿਲਾਂ ਜੀ, ਬਸ ਅਸੀਂ ਤਾਂ ਸਿਰਫ ਉਸ ਫਾਈਲਿੰਗ। ਤੇ ਇੱਕ ਮੈਨੂੰ ਹੁਣ ਗੱਲ ਦੱਸੋ ਕਿ ਜਿਨ੍ਹਾਂ ਲੋਕਾਂ ਨੇ ਹਲੇ ਵੀਜ਼ੇ ਲਗਵਾਉਣੇ ਨੇ ਜਾਂ ਜਿਨ੍ਹਾਂ ਦੀ ਰਿਫਿਊਜ਼ਲਾਂ ਆ ਚੁੱਕੀਆਂ ਨੇ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ? ਉਹਨਾਂ ਨੂੰ ਇਹੀ ਕਵਾਂਗੀ ਕਿ ਮੇਰੀ ਇਹ ਸਲਾਹ ਹੈ ਕਿ ਤੁਸੀਂ ਇੱਕ ਵਾਰੀ ਜ਼ਰੂਰ ਵੀਜ਼ਾ ਹੱਬ ਆਓ, ਸਰ ਨੂੰ ਮਿਲੋ ਆ ਕੇ। ਸਰ ਪਰਸਨਲੀ ਗਾਈਡ ਕਰਦੇ ਆ, ਪਰਸਨਲੀ ਆ ਕੇ ਮਿਲਦੇ ਆ ਔਰ ਇਹਨਾਂ ਦਾ ਸਟਾਫ ਵੀ ਇੰਨਾ ਅੱਛਾ, ਹਰ ਤਰੀਕੇ ਨਾਲ ਤੁਹਾਨੂੰ ਗਾਈਡ ਕਰੇਗਾ। ਤੁਸੀਂ ਫੋਨ ਵੀ ਹਮੇਸ਼ਾ ਚੁੱਕਦੇ ਆ, ਕੋਈ ਐਸੀ ਦਿੱਕਤ ਨਹੀਂ ਹੈ। ਤੇ ਤੁਸੀਂ ਇਹਨਾਂ ਕੋਲ ਆਓ ਔਰ ਇਹਨਾਂ ਨੂੰ ਆ ਕੇ ਮਿਲੋ ਔਰ ਫਿਰ ਉਸ ਹਿਸਾਬ ਨਾਲ ਆਪਣੀ ਮੇਨਟੇਨ ਕਰੋ ਆਪਣੇ ਪੇਪਰਸ ਨੂੰ, ਤੇ ਤੁਹਾਡਾ ਵੀਜ਼ਾ ਜ਼ਰੂਰ ਲੱਗੇਗਾ। ਕੀ ਬਾਤ ਹੈ। ਥੈਂਕ ਯੂ ਸੋ ਮਚ ਮੈਮ ਐਂਡ ਵਾਂਸ ਅਗੇਨ ਮੇਰੇ ਵੱਲੋਂ ਕੰਗ੍ਰੈਚੁਲੇਸ਼ਨ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਮੈਮ।